ਸਤਿ ਸ਼੍ਰੀ ਅਕਾਲ ਦੋਸਤੋ, ਸਿਮਰਜੀਤ ਬੈਂਸ। ਟੀਚਰ ਸਾਥੀ ਜਿਹੜੇ ਸਤਿਕਾਰਯੋਗ ਛੋਟੀਆਂ ਭੈਣਾਂ ਵੀਰ ਧਰਨੇ ਤੇ ਪਟਿਆਲੇ ਬੈਠੇ, ਮੈਂ ਉਹਨਾਂ ਦੀਆਂ ਗੱਲਾਂ ਸੁਣ ਕੇ ਆਇਆ ਤੇ ਬੜਾ ਦੁੱਖ ਮਹਿਸੂਸ ਹੋਇਆ। ਉੱਥੇ ਇੱਕ ਸਤਿਕਾਰਯੋਗ ਵੱਡੀ ਭੈਣ ਜਿਹੜੀ ਮੇਰਾ ਖਿਆਲ 1.5-2 ਸਾਲ ਜਿਹਨਾਂ ਦੀ ਰਿਟਾਇਰਮੈਂਟ ਦੇ ਵਿੱਚ ਰਹਿੰਦੇ ਟੀਚਰ, ਤੇ ਉਹਨਾਂ ਨੇ ਇੱਕ ਬਹੁਤ ਐਸੀ ਗੱਲ ਕਹੀ ਜਿਹੜੀ ਮੇਰਾ ਖਿਆਲ ਆ ਕਿ ਬੰਦੇ ਦਾ ਮਨ ਹੀ ਭਰਿਆ। ਕਹਿੰਦੀ, ਬੈਂਸ ਸਾਹਿਬ, ਮੈਂ ਰਿਟਾਇਰਮੈਂਟ ਤੇ ਹੈਗੀ ਆ ਤੇ ਜਿਹੜੇ ਆ ਪਾਟੀਆਂ ਦਰੀਆਂ ਤੇ ਤੰਬੂ ਦੇ ਥੱਲੇ ਬੱਚੇ ਬੱਚੀਆਂ ਬੈਠੇ ਆ ਜਿਹਨਾਂ ਨੇ ਬਹੁਤ ਔਖਾ ਇਗਜ਼ਾਮ ਟੈਟ ਕਲੀਅਰ ਕੀਤਾ ਹੋਇਆ। ਅਸੀਂ ਵੀ ਕਹਿੰਦੀ ਪੜ੍ਹਾਇਆ, ਪਰ ਇਹਨਾਂ ਦੇ ਆਉਣ ਤੋਂ ਬਾਅਦ ਜਿਹੜਾ ਸਰਕਾਰੀ ਸਕੂਲਾਂ ਦਾ ਵਿਦਿਅਕ ਮਿਆਰ ਸੀ ਉਹ ਬਹੁਤ ਉੱਚਾ ਆ ਗਿਆ। ਸੋ ਉਸ ਭੈਣ ਦੀ ਗੱਲ 16 ਆਨੇ ਸੱਚ ਹੈਗੀ ਆ। ਤੇ ਦੋਸਤੋ, ਸਰਕਾਰ ਉਲਟ ਪਾਸੇ ਨੂੰ ਤੁਰੀ ਹੋਈ ਆ, ਸਰਕਾਰ ਉਲਟ ਪਾਸੇ ਨੂੰ ਤੁਰੀ ਹੋਈ ਆ। ਉਹੀ ਸਰਕਾਰ ਜਿਹੜੀ ਵਿਧਾਨ ਸਭਾ ਚੋਣਾਂ ਵੇਲੇ ਬਹੁਤ ਵੱਡੇ ਵੱਡੇ ਵਾਅਦੇ ਕਰਦੀ ਸੀ। ਕੈਪਟਨ ਅਮਰਿੰਦਰ ਸਿੰਘ ਜੀ ਦਾ ਇੱਕ ਅੱਜ ਵੀਡੀਓ ਮੈਂ ਟੀਚਰ ਸਾਥੀ ਕਿਸੇ ਨੇ ਭੇਜਿਆ, ਮੈਂ ਦੇਖ ਰਿਹਾ ਸੀ, ਜਿਹਦੇ ਵਿੱਚ ਉਹ ਬੜਾ ਟੀਚਰਾਂ ਦੇ ਇੱਕ ਪ੍ਰੋਗਰਾਮ ਦੇ ਵਿੱਚ ਬੈਠ ਕੇ ਹੱਥ 'ਚ ਮਾਈਕ ਫੜਿਆ ਤੇ ਬਹੁਤ ਟੀਚਰ ਪੱਖੀ ਗੱਲਾਂ ਕਰ ਰਿਹਾ। ਤੇ ਅੱਜ ਸਾਰੇ ਉਹਨਾਂ ਦਾ ਜਿਹੜਾ ਰੂਪ ਸੀ, ਉਹਨਾਂ ਦਾ ਜਿਹੜਾ ਕਹਿਣ ਦਾ ਸੀਗੀਆਂ ਗੱਲਾਂ, ਉਹ ਸਾਰੀਆਂ ਤਬਦੀਲ ਹੋ ਗਈਆਂ, ਚੇਂਜ ਹੋ ਗਈਆਂ। ਅਫਸੋਸ ਹੁੰਦਾ ਕਿ ਅਸੀਂ ਜਿਹੜੇ ਪੋਲੀਟੀਸ਼ੀਅਨ ਹੈਗੇ ਨਾ, ਅਸੀਂ ਪੋਜੀਸ਼ਨ ਵਾਲੇ ਤੇ ਅਪੋਜੀਸ਼ਨ ਵਾਲੇ, ਜਿਹੜੇ ਅਪੋਜੀਸ਼ਨ ਵਾਲੇ ਆ ਨਾ, ਮੈਂ ਤੁਹਾਨੂੰ ਕਰੀਬੀ ਉਹਨਾਂ ਦੀ ਗੱਲ ਦੱਸਦਾ, ਉਹ ਸੋਚਦੇ ਆ ਵੀ ਪੋਜੀਸ਼ਨ ਵਾਲੇ ਸੋਚਦੇ ਨਹੀਂ, ਉਹ ਕਰਦੇ ਆ। ਉਹ ਕਹਿੰਦੇ ਵੀ ਪੋਜੀਸ਼ਨ ਵਾਲੇ ਗਲਤੀਆਂ ਕਰਨ, ਅਸੀਂ ਸਿਰਫ ਜਿਹੜੇ ਐਜੂਟੇਟਰ ਕਿਸੇ ਵੀ ਮਹਿਕਮੇ ਨਾਲ ਸੰਬੰਧਿਤ ਹੈਗੇ ਜਾਂ ਉਹ ਆਮ ਲੋਕ ਆ, ਜਦੋਂ ਕੋਈ ਸਰਕਾਰਾਂ ਆਮ ਲੋਕਾਂ ਤੇ ਬੋਝ ਪਾ ਦਿੰਦੀਆਂ ਨੇ, ਉਹ ਦਿਲੋਂ ਮਦਦ ਨਹੀਂ ਕਰਦੇ। ਉਹ ਕਹਿੰਦੇ ਆ ਵੀ ਸਰਕਾਰ ਇਹ ਕੁਛ ਕਰ ਰਹੀ ਆ ਤੇ ਲੋਕ ਤੇ ਜਿਹੜੇ ਸੰਘਰਸ਼ੀ ਕੋਈ ਸਰਕਾਰੀ ਮੁਲਾਜ਼ਮ ਹੈਗੇ ਆ ਤੇ ਉਹ ਤੰਗ ਹੋਣ ਇਹਨਾਂ ਤੋਂ, ਉਹ ਦਿਲ ਤੋਂ ਮਦਦ ਨਹੀਂ ਕਰਦੇ, ਉਹ ਮਸਲੇ ਦੀ ਜੜ ਤੱਕ ਨਹੀਂ ਜਾਂਦੇ, ਨਬਜ਼ ਨਹੀਂ ਪਛਾਣਦੇ। ਉਹ ਸਮਾਂ ਕਿ ਉਸ ਮਸਲੇ ਨੂੰ ਹੋਰ ਗੁੰਝਲਦਾਰ ਕਰਨ ਵਾਸਤੇ ਕਿ ਇਹ ਐਂਟੀ ਜਿਹੜੀ ਬੇਵ ਸਰਕਾਰ ਦੇ ਖਿਲਾਫ ਚੱਲੇ, ਇੱਕ ਐਂਟੀ ਹਵਾ ਚੱਲ ਪਵੇ। ਸੋ ਇੱਦਾਂ ਦੀਆਂ ਸ਼ਤਰੰਜੀ ਚਾਲਾਂ ਖੇਡਦੇ ਆ। ਮੈਂ ਬਹੁਤ ਸਾਰੇ ਪੱਤਰਕਾਰ, ਜਦੋਂ ਮੈਂ ਕੱਲ੍ਹ ਕ੍ਰਿਸ਼ਨ ਕੁਮਾਰ ਜੀ ਦੇ ਦਫ਼ਤਰ 'ਚ ਗਿਆ, ਜਿਹੜੇ ਬੜੇ ਐਰੋਗੈਂਟ ਅਫਸਰ ਆਪਣੇ ਆਪ ਨੂੰ ਕਹਿੰਦੇ ਵੀ ਮੈਂ ਬਹੁਤ ਬੱਚੇ ਬੱਚਿਆਂ ਨੂੰ ਡਰਾ ਕੇ ਤੇ ਮੈਂ ਬਹੁਤ ਵੱਡਾ ਕੋਈ ਰੁਤਬਾ ਹਾਸਲ ਕੀਤਾ ਹੋਇਆ, ਤੇ ਮੈਂ ਉੱਥੇ ਕਿਹਾ ਵੀ ਉਹ ਪੋਲੀਟੀਸ਼ੀਅਨ, ਉਹ ਪਾਰਟੀਆਂ ਜਿਹੜੀਆਂ ਹੱਥ ਦੇ ਵਿੱਚ ਇੱਕ ਚਿੱਠੀ ਲਿਖਦੀਆਂ ਨੇ, ਚਿੱਠੀ ਲਿਖ ਕੇ ਗਵਰਨਰ ਦੇ ਘਰੇ ਚਲੇ ਜਾਂਦੀਆਂ ਨੇ। ਗਵਰਨਰ ਹਾਊਸ ਇੱਕ ਰਵਾਇਤੀ ਪੋਲੀਟਿਕਸ ਦਾ ਪਾਰਟ ਹੈਗਾ, ਰਵਾਇਤੀ ਰਾਜਨੀਤੀ ਦਾ ਇੱਕ ਹਿੱਸਾ। ਗਵਰਨਰ ਨੂੰ ਚਿੱਠੀ ਦੇਣ ਜਾਂਦੇ। ਦੋਸਤੋ, ਕਦੇ ਗਵਰਨਰ ਦੀ ਚਿੱਠੀ ਤੇ ਅੱਜ ਤੱਕ ਮੈਂ, ਮੇਰਾ ਤਜਰਬਾ ਹੋ ਸਕਦਾ ਤੁਹਾਡਾ ਤਜਰਬਾ ਮੇਰੇ ਤੋਂ ਕੋਈ ਉਲਟ ਹੋਵੇ, ਮੈਂ ਕਦੇ ਗਵਰਨਰ ਸਾਹਿਬ ਦੀ ਚਿੱਠੀ ਤੇ ਅੱਜ ਤੱਕ ਕਦੇ ਕੋਈ ਕਾਰਵਾਈ ਹੁੰਦੀ ਨਹੀਂ ਦੇਖੀ। ਹਾਂ, ਇਹ ਜ਼ਰੂਰ ਆ ਕਿ ਮੈਂ ਜੇ ਉੱਥੇ ਪੱਤਰਕਾਰ ਭਾਈਚਾਰਾ ਇਕੱਠਾ ਹੋ ਜਾਂਦਾ, ਅਖਬਾਰਾਂ ਦੇ ਵਿੱਚ ਚੰਗੀਆਂ ਵੱਡੀਆਂ ਫੋਟੋਆਂ ਛਪ ਜਾਂਦੀਆਂ ਨੇ, ਟੀਵੀ ਦੇ ਉੱਤੇ ਵੱਡੇ ਵੱਡੇ ਨਿਊਜ਼ ਆ ਜਾਂਦੇ ਆ, ਬਟ ਫਾਇਦਾ ਕੋਈ ਨਹੀਂ ਆਇਆ। ਤੁਸੀਂ ਕਿਸੇ ਸੈਕਟਰੀ ਕੋਲ ਜਾਓ, ਕੋਈ ਮੁਸ਼ਕਲ ਸੀ ਜਦੋਂ ਤੁਸੀਂ ਮੈਨੂੰ, ਮੈਂ ਧਰਨੇ ਦੇ ਉੱਤੇ ਆਇਆ ਤੇ ਬਹੁਤ ਸਾਰੇ ਜਿਹੜੇ ਧਰਨੇ ਦੇ ਸਾਥੀ ਬੈਠੇ ਸੀ, ਸਤਿਕਾਰਯੋਗ ਛੋਟੀਆਂ ਭੈਣਾਂ ਬੈਠੀਆਂ ਸੀ, ਤੇ ਉਹਨਾਂ ਨੇ ਦੱਸਿਆ ਵੀ ਕ੍ਰਿਸ਼ਨ ਕੁਮਾਰ ਹੋਰਾਂ ਨੇ ਬਹੁਤ ਵੱਡਾ ਝੂਠ ਬੋਲਿਆ, ਜਿਹਦੇ ਆਧਾਰ ਦੇ ਉੱਤੇ ਕੈਬਨਿਟ ਨੇ ਫੈਸਲਾ ਲਿਆ ਕਿ ਅਸੀਂ 42,000 ਰੁਪਈਏ ਵਾਲੇ ਨੂੰ 15,000 ਰੁਪਈਆ ਬੇਸਿਕ ਬੇਸਿਕ ਸ਼ਾਇਦ 10,300 ਰੁਪਈਆ ਤਨਖਾਹ ਹੈਗੀ ਹੈ, ਤੇ ਉਹਦੇ ਵਿੱਚ ਜਿਹੜੀ ਸਹਿਮਤੀ ਹੈਗੀ ਆ ਟੀਚਰਸ ਦੀ, ਉਹ ਕਹਿੰਦੇ 94% ਉਹਨੇ ਇੱਕ ਡਾਟਾ ਬਣਾ ਲਿਆ, ਜਾਲੀ ਫੇਕ ਡਾਟਾ,
ਕੱਲ ਦੇਖਿਆ ਜਦੋਂ ਕ੍ਰਿਸ਼ਨ ਕੁਮਾਰ ਜੀ ਕੋਲੇ ਮੈਂ 2:30 ਵਜੇ ਗਿਆ, ਮੈਂ ਉਹਨਾਂ ਨੂੰ 2:30 ਵਜੇ ਗੱਲ ਕਹੀ ਸੀ ਜਦੋਂ ਮੀਡੀਆ ਨਹੀਂ ਸੀ ਆ। ਮੈਂ ਕ੍ਰਿਸ਼ਨ ਕੁਮਾਰ ਜੀ ਉਹ ਬੱਚੇ ਬੱਚੀਆਂ ਜਿਹੜੇ ਅੱਜ ਪਾਟੇ ਹੋਏ ਦਰੀਆਂ ਦੇ ਉੱਤੇ ਬੈਠੇ ਆ ਤੇ ਸਿਰ ਦੇ ਉੱਤੇ ਤੰਬੂ ਵੀ ਫਟੇ ਹੋਏ ਆ, ਉਹਨਾਂ ਨੇ ਟੈਟ ਕਲੀਅਰ ਕੀਤਾ ਹੋਇਆ ਜਿਹੜਾ ਬਹੁਤ ਔਖਾ ਹੈਗਾ। ਮੈਂ ਅਖਬਾਰਾਂ ਦੇ ਵਿੱਚ ਖਬਰਾਂ ਪੜ੍ਹੀਆਂ, ਮੈਨੂੰ ਤਾਂ ਇਸ ਗੱਲ ਦਾ ਪਤਾ ਨਹੀਂ ਵੀ ਕਿੰਨਾ ਔਖਾ। ਅਖਬਾਰੀ ਖਬਰਾਂ ਅਨੁਸਾਰ ਕਈ IAS ਜਿਹੜੇ ਆ ਜਿਨ੍ਹਾਂ ਨੇ IAS ਦਾ ਪ੍ਰਾਇਮਰੀ ਕਲੀਅਰ ਕੀਤਾ ਹੋਇਆ ਸੀ ਉਹ ਟੈਟ ਕਲੀਅਰ ਨਹੀਂ ਕਰ ਸਕੇ, ਕਿੱਡਾ ਔਖਾ ਹੈਗਾ। ਮੈਂ ਉਹਨਾਂ ਨੂੰ ਇਹ ਗੱਲ ਕਹੀ ਤੇ ਮੈਂ ਉੱਥੇ ਇਹ ਵੀ ਗੱਲ ਨਾਲ ਕਹੀ ਵੀ ਬਹੁਤ ਸਾਰੇ ਪੋਲੀਟੀਕਲ ਲੀਡਰ ਕੀ ਕਰਦੇ ਆ, ਮੈਂ ਪੱਤਰਕਾਰਾਂ ਨੂੰ ਕਿਹਾ ਵੀ ਉਹ ਤੁਰ ਪੈਂਦੇ ਆ ਗਵਰਨਰ ਵਾਲੇ ਪਾਸੇ ਨੂੰ। ਉਹਨਾਂ ਦਾ ਮਨਸ਼ਾ ਕੀ, ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ ਉਹਨਾਂ ਦਾ ਮਨਸ਼ਾ ਹੁੰਦਾ ਕਿ ਇਹ ਮਸਲਾ ਹੋਰ ਉਲਝਾਓ, ਸਰਕਾਰ ਦੇ ਵਿਰੁੱਧ ਇੱਕ ਐਂਟੀ ਇਨਕੰਬੈਂਸੀ ਵਿਰੋਧ ਦੇ ਵਿੱਚ ਹਵਾ ਜਿਹੜੀ ਉਹ ਹੋਰ ਤੇਜ਼ ਕਰੋ। ਉਹਨਾਂ ਦਾ ਕਿਸੇ ਦੇ ਦੁੱਖ ਦਰਦ ਨਾਲ ਕੋਈ ਲੈਣਾ ਦੇਣਾ ਨਹੀਂ। ਉੱਥੇ ਸਤਿਕਾਰਯੋਗ ਤੁਹਾਡੇ ਧਰਨੇ ਦੇ ਉੱਤੇ ਇੱਕ ਭੈਣ ਜਿਹੜੀ ਵੀਲ ਚੇਅਰ ਦੇ ਉੱਤੇ ਸੀਗੀ, ਮੇਰਾ ਖਿਆਲ ਇਮੋਸ਼ਨਲ ਕਰਤਾ ਉਹਨੇ, ਸਮੇਤ ਮੇਰੇ ਬਹੁਤ ਸਾਰੇ ਲੋਕ ਜਿਹੜੇ ਉੱਥੇ ਨੇੜੇ ਖੜੇ ਸੀ ਤੇ ਉਹ ਇਮੋਸ਼ਨਲ ਹੋ ਗਏ ਸਾਰੇ। ਤੋ ਦੋਸਤੋ ਮੈਨੂੰ ਕੱਲ੍ਹ ਦੇ ਤੁਹਾਡੇ ਫੋਨ ਆਈ ਜਾ ਰਿਹਾ, ਬਹੁਤ ਸਾਰੇ ਸਾਥੀ ਟੀਚਰ ਮੈਨੂੰ ਮਿਲਣ ਵੀ ਆਏ ਮੇਰੇ ਦਫ਼ਤਰ ਦੇ ਵਿੱਚ ਕਿ ਤੁਸੀਂ ਸਾਡੀ ਮਦਦ ਕਰੋ। ਮੈਂ ਕਿਸੇ 'ਤੇ ਆਸਾਨ ਨਹੀਂ ਕਰ ਰਿਹਾ, ਮੇਰਾ ਕੋਈ ਪੋਲੀਟੀਕਲ ਮੋਟਿਵ ਨਹੀਂ, ਮੈਂ ਕੋਈ ਪੋਲੀਟੀਕਲ ਇਹਦੇ ਵਿੱਚੋਂ ਲਾਹਾ ਨਹੀਂ ਲੈਣਾ ਕੋਈ ਵੀ। ਜਿੱਥੇ ਕੋਈ ਨਾਇਨਸਾਫ਼ੀ ਹੋਏਗੀ, ਜਿੱਥੇ ਕਿਸੇ ਨਾਲ ਕੋਈ ਧੱਕੇਸ਼ਾਹੀ ਹੋਏਗੀ, ਇਹ ਪੂਰੀ ਦੁਨੀਆ ਦੇ ਵਿੱਚ ਐਸਾ ਕੋਈ ਕਾਨੂੰਨ ਨਹੀਂ ਹੈਗਾ ਵੀ 42,500 ਨੇ ਆਪਣੇ ਪਰਿਵਾਰ ਦਾ ਬਜਟ ਬਣਾ ਲਿਆ, ਉਹਦੇ 'ਚੋਂ ਮਕਾਨ ਦੀ ਕਿਸ਼ਤ ਕੱਢਣੀ ਆ, ਉਹਦੇ 'ਚ ਕੋਈ ਕਿਸੇ ਨੇ ਪਲਾਟ ਲੈ ਲਿਆ, ਕਿਸੇ ਨੇ ਕੋਈ ਛੋਟੀ ਕਾਰ ਲੈ ਲਈ, ਤੇ ਅੱਜ ਤੁਸੀਂ 15,000 ਰੁਪਇਆ ਕਰ ਦੋ। ਮੈਂ ਕਿਹਾ ਕਿ ਕ੍ਰਿਸ਼ਨ ਕੁਮਾਰ ਹੋਰਾਂ ਨੂੰ ਕਿ ਉਹ ਪਹਿਲਾਂ ਕਿਸਾਨ ਖੁਦਕੁਸ਼ੀਆਂ ਵਾਲੇ ਪਾਸੇ ਆ ਤੇ ਹੁਣ ਟੀਚਰ ਤੁਰ ਪੈਣਗੇ। ਮੇਰਾ ਪੋਲੀਟੀਕਲ ਕੋਈ ਮੋਟਿਵ ਨਹੀਂ, ਤੁਸੀਂ ਧੰਨਵਾਦ ਕਰਦੇ ਹੋ, ਧੰਨਵਾਦ ਨਹੀਂ ਪਾਰਟ ਆਫ ਡਿਊਟੀ ਆ। ਮੈਨੂੰ ਤੁਸੀਂ ਚੁਣ ਕੇ ਭੇਜਿਆ, ਤੁਸੀਂ ਸਪੋਰਟ ਕੀਤੀ, ਦੁਆਵਾਂ ਦਿੱਤੀਆਂ ਨੇ, ਤੇ ਹਮੇਸ਼ਾ ਮਨ ਦੇ ਅੰਦਰ ਇੱਕੋ ਗੱਲ ਰਹੀ ਹੈ ਕਿ ਜਿਹੜੀਆਂ ਦੁਆਵਾਂ ਪੰਜਾਬੀਆਂ ਨੇ ਦਿੱਤੀਆਂ ਨੇ, ਜਿਹੜੀ ਸਪੋਰਟ ਪੰਜਾਬੀਆਂ ਨੇ ਕੀਤੀ ਆ, ਉਹਦੇ 'ਚ ਕਿਤੇ ਕੋਈ ਕਮੀ ਨਾ ਰਹੇ। ਬਹੁਤ ਸਾਰੇ, ਮੈਂ ਕਿਸੇ ਦਾ ਨਾਂ ਨਹੀਂ ਲੈਣਾ, ਜਿਹੜੇ ਸਿਰਫ ਤੇ ਸਿਰਫ ਰੋਟੀਆਂ ਸੇਕਣ ਤੱਕ ਜ਼ਰੂਰ ਉਹਨਾਂ ਦਾ ਮਨਸ਼ਾ ਮਕਸਦ ਹੁੰਦਾ। ਮੈਂ ਇੱਕ ਅਪੀਲ ਕਰਨ ਵਾਸਤੇ ਤੁਹਾਡੇ ਨਾਲ ਰੂਬਰੂ ਹੋਇਆ। ਹੁਣ ਸਰਕਾਰ ਦੀ ਪਾਲਿਸੀ ਹੈਗੀ ਆ ਡਿਵਾਈਡ ਐਂਡ ਰੂਲ, ਪਾੜੋ ਤੇ ਰਾਜ ਕਰੋ। ਮੈਨੂੰ ਬਹੁਤ ਸਾਰੇ ਟੀਚਰ ਦੇ ਫੋਨ ਆਏ ਜਿਹੜੇ 35-85 ਕੈਟਾਗਰੀ ਵਾਲੇ, 35-85 ਕੈਟਾਗਰੀ ਵਾਲਿਆਂ ਨੂੰ ਲੋਲੀਪੋਪ ਲਾਲਚ ਦੇਤਾ ਵੀ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਪਾੜ ਦਈਏ, ਅਸੀਂ ਇਹਨਾਂ ਦੀ ਜਿਹੜੀ ਯੂਨਿਟੀ ਹੈਗੀ ਉਹ ਯੂਨਿਟੀ ਨੂੰ ਖੇਰੂੰ ਖੇਰੂੰ ਕਰ ਦਈਏ। ਉਹਨਾਂ ਨੂੰ ਕਹਿ ਤਾ ਤੁਸੀਂ ਮਨਮਰਜ਼ੀ ਦੇ ਸਟੇਸ਼ਨ ਲੈ ਲਓ। ਪਹਿਲਾਂ ਤਾਂ 35-85 ਵਾਲਿਆਂ ਨੂੰ ਚੱਕ ਕੇ, ਮੇਰੇ ਇਲਾਕੇ ਦੀਆਂ ਵੀ ਬਹੁਤ ਸਾਰੀਆਂ ਬੱਚੀਆਂ ਹੈਗੀਆਂ ਨੇ, 10,000 ਰੁਪਇਆ ਤਨਖਾਹ ਲਾਇਆ, ਕਿੱਥੇ ਆ ਬਾਰਡਰ ਦੇ ਉੱਤੇ, ਕਿਸੇ ਨੂੰ ਉਹ ਤਰਨ ਤਾਰਨ, ਕਿਸੇ ਨੂੰ ਫਿਰੋਜ਼ਪੁਰ ਬਾਰਡਰ, ਮਤਲਬ ਸਾਰੇ ਬਾਰਡਰ ਏਰੀਏ ਦੇ ਉੱਤੇ ਲਾਇਆ। ਹੁਣ ਉਹਨਾਂ ਨੂੰ ਇਹ ਕਹਿ ਤਾ ਵੀ ਤੁਹਾਨੂੰ ਪੱਕੇ ਵੀ ਕਰ ਦਿਆਂਗੇ, ਤੁਸੀਂ ਉਧਰੋਂ ਰਿਜ਼ਾਈਨ ਕਰੋ, ਇੱਧਰ SSA ਦੇ ਵਿੱਚ ਆ ਜਾਓ, 88-86 ਵਾਲੀ ਕੈਟਾਗਰੀ 'ਚ ਆ ਜਾਓ, ਤੁਹਾਨੂੰ ਅਸੀਂ ਮਨਮਰਜ਼ੀ ਦਾ ਸਟੇਸ਼ਨ ਵੀ ਦੇ ਦਿਆਂਗੇ। ਮੇਰੀ ਉਹਨਾਂ ਸਤਿਕਾਰਯੋਗ ਟੀਚਰ ਸਾਥੀਆਂ ਨੂੰ ਬੇਨਤੀ ਜਿਹੜੇ 35-85 ਵਾਲੇ ਹੈਗੇ ਆ, ਦੋਸਤੋ ਇਹ ਏਕਤਾ ਤੋੜਿਓ ਨਾ। ਅੱਜ ਇਹ ਮਤ ਸਮਝੋ ਵੀ ਅੱਜ 88-86 ਵਾਲਿਆਂ ਦੇ ਉੱਤੇ ਗਾਜ ਗਿਰੀ ਹੈ, ਕੱਲ੍ਹ ਪੱਕਿਆਂ 'ਤੇ ਵੀ ਗਿਰੇਗੀ। ਜਿਹੜੇ ਪੱਕੇ ਅਧਿਆਪਕ ਹੈਗੇ ਆ ਨਾ, 35-88 ਦੂਜੇ EGSE ਇਹ ਉਹ ਸਾਰੇ ਛੱਡ ਦਈਏ ਆਪਾਂ, ਜਿਹੜੇ ਸਾਡੇ ਸਤਿਕਾਰਯੋਗ ਪੱਕੇ ਅਧਿਆਪਕ ਸਾਥੀ ਹੈਗੇ ਆ, ਇਹ ਗਾਜ ਸਰਕਾਰ ਦੀ ਉਹਨਾਂ 'ਤੇ ਵੀ ਗਿਰੇਗੀ। ਸਰਕਾਰ ਕੋਲ ਆਪਣੇ OSDਆਂ ਨੂੰ ਦੇਣ ਵਾਸਤੇ ਕਰੋੜਾਂ ਰੁਪਈਆ ਹੈਗਾ, ਉਹਨਾਂ ਨੂੰ ਕੋਠੀਆਂ ਦੇਣ ਵਾਸਤੇ ਉਹਨਾਂ ਕੋਲ ਕਰੋੜਾਂ ਦਾ ਬਜਟ ਹੈਗਾ, ਕਾਰਾਂ ਦਾ ਡੀਜ਼ਲ ਕਾਰਾਂ ਦੇਣ ਵਾਸਤੇ ਉਹਨਾਂ ਕੋਲ ਕਰੋੜਾਂ ਰੁਪਈਆ, ਪਰ ਨੇਸ਼ਨ ਬਿਲਡਰ ਸਿਹਤ ਤੇ ਸਿੱਖਿਆ ਸਾਡੀ ਮਾਨਸਿਕਤਾ ਨੂੰ ਘੁਣ ਲੱਗ ਗਿਆ ਨਾ।
ਸਾਡੀ ਮਾਨਸਿਕਤਾ ਨਾ ਬੇਈਮਾਨ ਸਰਕਾਰਾਂ ਨੇ ਫਿਕਸ ਕਰਤੀ ਵੀ ਸਰਕਾਰਾਂ ਦੀ ਡਿਊਟੀ ਪੁਲ, ਗਲੀਆਂ, ਨਾਲੀਆਂ, ਸੜਕਾਂ, ਸਟਰੀਟ ਲਾਈਟ, ਪਾਣੀ ਤੇ ਸੀਵਰ। ਅਸਲ ਡਿਵੈਲਪਮੈਂਟ ਜਿਹੜੀ ਐਜੂਕੇਸ਼ਨ ਤੇ ਸਿਹਤ ਹੈਗੀ ਆ, ਹੈਲਥ ਐਂਡ ਐਜੂਕੇਸ਼ਨ। ਸੋ ਉਹਦੇ ਵਾਸਤੇ ਤੁਸੀਂ ਕਹੋ ਵੀ 42,000 ਵਾਲੇ ਨੂੰ 15,000 ਰੁਪਈਆ ਦੇਣਾ, 10,000 ਰੁਪਈਏ ਦੇ, ਮੈਨੂੰ ਹੈਰਾਨਗੀ ਹੋਈ, ਮੈਨੂੰ ਇਸ ਗੱਲ ਦਾ ਨਹੀਂ ਪਤਾ ਸੀ। ਅੱਜ ਸਵੇਰੇ ਮੇਰੇ ਕੋਲ ਟੀਚਰ ਆਏ, 2,500 ਰੁਪਈਆ, 2,500 ਰੁਪਈਆ ਤਨਖਾਹ ਮੇਰੇ ਆਪਣੇ ਹਲਕੇ ਬਰੋਟਾ ਰੋਡ ਤੋਂ ਸਤਿਕਾਰਯੋਗ ਭੈਣਾਂ ਆਈਆਂ ਵੀ ਸਾਡੀ ਬਦਲੀ ਕਰਤੀ ਚੱਕ ਕੇ ਦਰਾਏ ਦੀ। ਹੁਣ 2,500 ਰੁਪਈਆ ਇੱਕ ਟੀਚਰ ਲੈ ਰਹੀ ਆ ਤੇ ਉਹ ਮੇਰੇ ਖਿਆਲ ETT ਸ਼ਾਇਦ ਕੀਤੀ ਹੋਈ ਸੀ ਉਹਨਾਂ ਨੇ, 2,500 ਰੁਪਈਏ ਦੇ ਵਿੱਚ ਉਹ ਦਰਾਏ ਜਾਵੇ, ਮਤਲਬ ਕਿ 5,000 ਰੁਪਈਏ ਦਾ ਆਉਣ ਜਾਣ ਦੇ ਵਿੱਚ ਤੇਲ ਦਾ ਖਰਚਾ। ਸੋ ਮੇਰੀ ਲਾਈਵ ਹੋਣ ਦਾ ਮੇਰੀ ਅਪੀਲ ਤੁਹਾਨੂੰ ਇੱਕੋ ਹੀ ਹੈਗੀ ਆ ਕਿ ਜੇ ਤੁਸੀਂ ਟੁੱਟ ਗਏ ਨਾ, ਜੇ ਤੁਹਾਡੀ ਯੂਨਿਟੀ ਖਤਮ ਹੋ ਗਈ, ਜੇ ਤੁਸੀਂ ਵਰਗਾਂ ਦੇ ਵਿੱਚ ਵੰਡੇ ਗਏ, ਜਿਹੜੀ ਸਰਕਾਰ ਤੁਰੀ ਹੋਈ ਆ, ਖਾਸ ਕਰਕੇ ਜਿਹੜਾ KK ਸਾਹਿਬ ਹੈਗਾ, ਕ੍ਰਿਸ਼ਨ ਕੁਮਾਰ ਸਾਹਿਬ, ਇਹ ਤੁਰਿਆ ਹੋਇਆ ਤੁਹਾਨੂੰ ਪਾੜਨ ਵਾਸਤੇ। ਦੋਸਤੋ ਫਟਿਓ ਨਾ, ਸੰਘਰਸ਼ ਜਿੱਤ ਦੇ ਵਿੱਚ ਤਬਦੀਲ ਹੋਏਗਾ ਤੁਹਾਡਾ, ਮੇਰਾ ਵਿਸ਼ਵਾਸ ਹੈ ਇਸ ਗੱਲ ਦਾ। ਮੈਂ ਤੁਹਾਡਾ ਸਾਥੀ ਹੈਗਾ, ਮੈਂ ਤੁਹਾਨੂੰ ਫਿਰ ਅਪੀਲ ਕਰੂੰਗਾ, ਕਿਸੇ ਕੈਟਾਗਰੀ ਦੇ ਵਿੱਚ ਤੁਸੀਂ ਟੀਚਰ ਹੋ, ਤੁਸੀਂ ਕੱਚੇ ਹੋ, ਤੁਸੀਂ ਕਿਸੇ 35-88 ਵਾਲੇ ਹੋ, ਤੁਸੀਂ ਕੋਈ ਦੂਜੀ ਤੀਜੀ ਕੈਟਾਗਰੀ ਦੇ ਵਿੱਚ ਹੋ, ਤੁਸੀਂ ਕੋਈ ਪੱਕੇ ਅਧਿਆਪਕ ਹੋ, ਪਲੀਜ਼ ਇਹਨਾਂ ਜਿਹੜੇ 88-86 ਵਾਲੇ, ਇਹਨਾਂ ਦੀ ਮਦਦ ਕਰਨਾ, ਪਿੱਛੇ ਨਾ ਹਟਿਓ, ਲਾਲਚ ਦੇ ਵਿੱਚ ਨਾ ਆਇਓ। ਤੁਸੀਂ ਲਾਲਚ ਦੇ ਵਿੱਚ ਆ ਗਏ, ਕੱਲ੍ਹ ਨੂੰ ਇਹ ਗਾਜ ਤੁਹਾਡੇ 'ਤੇ ਗਿਰ ਜਾਣੀ ਹੈ। ਮੈਂ ਹੋਰ ਜਿਹੜੀਆਂ ਦੂਸਰੀਆਂ ਜਥੇਬੰਦੀਆਂ, ਸਰਕਾਰੀ ਮੁਲਾਜ਼ਮਾਂ ਦੀਆਂ ਜਥੇਬੰਦੀਆਂ, ਮੈਂ ਉਹਨਾਂ ਨੂੰ ਵੀ ਅਪੀਲ ਕਰੂੰਗਾ ਵੀ ਤੁਸੀਂ ਵੀ ਇਕੱਠੇ ਹੋ ਕੇ ਸਪੋਰਟ ਕਰੋ। ਇਦੂ ਬਾਅਦ 'ਚ ਨੰਬਰ ਤੁਹਾਡਾ ਵੀ ਆਇਆ ਖੜਾ, ਇਹ ਸਰਕਾਰ ਦਾ ਪਹਾੜਾ ਚੱਲ ਰਿਹਾ ਮੁਲਾਜ਼ਮਾਂ ਦੇ ਉੱਤੇ। ਇਸ ਤੋਂ ਬਾਅਦ 'ਚ ਪੰਜਾਬ ਦੇ ਲੋਕਾਂ ਦੇ ਨਵੇਂ ਨਵੇਂ ਰੋਜ਼ ਟੈਕਸ ਲੱਗ ਰਹੇ ਆ। ਰਹਿ ਗਈ ਗੱਲ ਕ੍ਰਿਸ਼ਨ ਕੁਮਾਰ ਜੀ ਦੀ, ਮੈਂ ਦੁਬਾਰਾ ਮਿਲਣ ਜਾਊਂਗਾ, ਲੋੜ ਪਈ ਤੇ ਮੈਂ ਮੰਤਰੀ ਜੀ ਵਿਚਾਰੇ ਕਵਾਂਗਾ ਉਹਨਾਂ ਨੂੰ, ਕਿਉਂਕਿ ਮੇਅਰ ਸੀਗੇ, ਉਹਨਾਂ ਨੂੰ ਗਲੀਆਂ ਨਾਲੀਆਂ ਦਾ ਤਜਰਬਾ ਹੈਗਾ, ਉਹਨਾਂ ਨੂੰ ਸਿੱਖਿਆ ਦਾ ਤਜਰਬਾ ਨਹੀਂ। ਜੋ ਕ੍ਰਿਸ਼ਨ ਕੁਮਾਰ ਸ਼ਗੂਫਾ ਬਣਾ ਕੇ ਦੇ ਦਿੰਦਾ, ਉਹ ਸ਼ਗੂਫੇ ਅਨੁਸਾਰ ਤੁਰ ਪੈਂਦੇ। ਮੇਰੇ ਕੋਲ ਕੱਲ੍ਹ ਦੇ ਇੰਸੀਡੈਂਟ ਤੋਂ ਬਾਅਦ, ਉਹਨਾਂ ਦੇ ਆਫਿਸ ਜਾਣ ਤੋਂ ਬਾਅਦ, ਮੇਰੇ ਕੋਲ ਜਿਹੜਾ ਕ੍ਰਿਸ਼ਨ ਕੁਮਾਰ ਆਪਣੇ ਆਪ ਨੂੰ ਬੜਾ ਕਹਿੰਦਾ ਮੈਂ ਇਮਾਨਦਾਰ ਹੈਗਾ, ਮੇਰੇ ਕੋਲ ਪੁਖਤਾ ਸਬੂਤ ਪਰੂਫ ਆਏ ਆ, ਕਿੱਥੇ ਕਿੱਥੇ ਉਹਨਾਂ ਨੇ ਠੱਗੀ ਮਾਰੀ ਹੈ, ਕਿੱਥੇ ਕਿੱਥੇ ਉਹਨਾਂ ਨੇ ਕਾਨੂੰਨ ਛਿੱਕੇ ਟੰਗਿਆ ਵੀ ਮੈਂ IAS ਹਾਂ ਤੇ ਮੇਰੇ ਟੱਬਰ ਵਾਸਤੇ ਕਾਨੂੰਨ ਹੋਰ ਆ, ਜਿਹੜੀ ਇੱਕ ਗਰੀਬ ਦੀ ਧੀ ਹੈਗੀ ਉਹਦੇ ਵਾਸਤੇ ਕਾਨੂੰਨ ਹੋਰ। ਸੰਗਰੂਰ ਤੋਂ ਇੱਕ ਕੁੜੀ ਦਾ ਫੋਨ ਆਇਆ ਮੈਨੂੰ, ਲਿਟਰਲੀ ਦੋਸਤੋ ਰੋ ਰਹੀ ਸੀ, ਲਿਟਰਲੀ ਰੋ ਰਹੀ ਸੀ। ਮੈਂ ਉਹਨੂੰ ਕਿਹਾ ਬੇਟਾ ਰੋ ਨਾ, ਛੋਟੀ ਭੈਣ ਰੋ ਨਾ। ਕਹਿੰਦੀ ਭਾਜੀ ਤੁਸੀਂ ਮੈਨੂੰ ਪਛਾਣਿਆ ਨਹੀਂ, ਕੱਲ੍ਹ ਮੈਂ ਕ੍ਰਿਸ਼ਨ ਕੁਮਾਰ ਦੇ ਦਫ਼ਤਰ ਦੇ ਬਾਹਰ ਖੜੀ ਸੀ, ਮੇਰਾ ਕਹਿੰਦੀ ਪਹਿਲਾਂ ਮੰਗਣਾ ਟੁੱਟਿਆ, ਉਸ ਤੋਂ ਬਾਅਦ ਦੇ ਵਿੱਚ ਮੇਰਾ ਦੂਸਰੀ ਜਗ੍ਹਾ 'ਤੇ ਵਿਆਹ ਹੋਇਆ ਅਤੇ ਮੈਨੂੰ ਤਾਨੇ ਸੁਣਨੇ ਪਿਆ ਵੀ 6,000 ਰੁਪਏ ਦਾ ਅਸੀਂ ਘਰ ਦੇ ਵਿੱਚ ਜਿਹੜੀ ਨੌਕਰਾਣੀ ਝਾੜੂ ਪੋਚਾ ਕਰਦੀ ਉਹਨੂੰ ਦਿੰਦੇ ਹਾਂ। ਮੇਰਾ ਖਿਆਲ 6,000 ਜਾਂ 5,000 ਉਸ ਕੁੜੀ ਦੀ ਤਨਖਾਹ, ਉੱਥੋਂ ਦਾ ਦੂਸਰੇ ਘਰ ਤੋਂ ਡਾਇਵੋਰਸ ਹੋ ਗਿਆ ਉਹਦਾ। ਸੋ ਇਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈਗੀ ਆ। ਤੁਸੀਂ ਕੈਪਟਨ ਸਾਹਿਬ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਆ, ਕਿਰਪਾ ਕਰਕੇ ਜਿਹੜੇ ਸਾਡੇ ਨੇਸ਼ਨ ਬਿਲਡਰ, ਸਾਡੇ ਟੀਚਰ ਹੈਗੇ ਆ, ਕਿਰਪਾ ਕਰੋ, ਐਸਾ ਪਹਾੜਾ ਇਹਨਾਂ ਟੀਚਰ 'ਤੇ ਨਾ ਚਲਾਓ। ਅੱਜ ਸਾਡੇ ਸਕੂਲਾਂ ਦਾ ਜਿਹੜਾ ਵਿੱਦਿਅਕ ਮਾਹੌਲ, ਉਹ ਬੀਬੀ ਦੀ ਗੱਲ ਯਾਦ ਆਉਂਦੀ ਹੈ ਜਿਹੜੀ ਰਿਟਾਇਰਮੈਂਟ 'ਤੇ ਬੈਠੀ ਗੱਲ ਕਹਿ ਕੇ ਗਈ ਆ, ਅੱਜ ਸਰਕਾਰੀ ਸਕੂਲਾਂ ਦੇ ਅੰਦਰ ਸਾਡਾ ਜਿਹੜਾ ਵਿੱਦਿਅਕ ਮਿਆਰ, ਵਿੱਦਿਅਕ ਮਾਹੌਲ, ਇਹ ਜਿਹੜੇ ਟੈਟ ਕਲੀਅਰ ਜਾਂ ਜਿਨ੍ਹਾਂ ਨੇ ਬਹੁਤ ਔਖੇ ਔਖੇ ਐਗਜ਼ਾਮ ਜਿਹੜੇ ਉਹ ਕਲੀਅਰ ਕੀਤੇ ਆ, ਅੱਜ ਉਹਨਾਂ ਦੀ ਬਦੌਲਤ ਕੁਛ ਨਾ ਕੁਛ ਰਾਹਤ ਮਹਿਸੂਸ ਹੋਣ ਲੱਗੀ। ਅੱਜ ਗਰੀਬ ਦੇ ਬੱਚੇ, ਪੇਰੈਂਟਸ ਆਉਂਦੇ ਆ ਸਵੇਰ ਵੇਲੇ ਕਿ ਬੈਂਸ ਸਾਹਿਬ ਕਿਹੜੇ ਪ੍ਰਾਈਵੇਟ ਸਕੂਲ 'ਚ ਭੇਜੀਏ, ਸਕੂਲ ਦੇ ਅੰਦਰ ਟੀਚਰ ਦਾ ਸਟ੍ਰਾਈਕ 'ਤੇ ਹੈਗੇ ਆ। ਅਤੇ ਕਿਰਪਾ ਕਰੋ, ਕਿਸੇ ਬਾਬੂਆਂ ਦੀ ਸਰਕਾਰ, ਤੁਹਾਡੀ ਸਰਕਾਰ ਨੂੰ ਕਿਹਾ ਜਾਂਦਾ, ਬਾਬੂਆਂ ਦੇ ਮਗਰ ਲੱਗ ਕੇ ਪੰਜਾਬ ਦਾ ਨੁਕਸਾਨ ਨਾ ਕਰੋ। ਦੋਸਤੋ ਜਾਊਂਗਾ ਕ੍ਰਿਸ਼ਨ ਕੁਮਾਰ ਜੀ ਕੋਲੇ ਵੀ, ਜਾਊਂਗਾ ਵਿੱਦਿਆ ਮੰਤਰੀ ਦੇ ਕੋਲੇ ਵੀ,
ਜਿਹੜਾ ਡਾਟਾ ਇਹਨਾਂ ਨੇ ਦਿੱਤਾ, ਤਿੰਨ ਬੰਦੇ ਇਨਵੋਲਵ ਹੈਗੇ ਆ। ਨੰਬਰ 1 ਕ੍ਰਿਸ਼ਨ ਕੁਮਾਰ, ਜਿਨ੍ਹਾਂ ਨੇ ਫੇਕ ਡਾਟਾ, ਹੁਣ ਮੈਨੂੰ ਇਹ ਵੀ ਸੂਚਨਾ ਮਿਲੀ ਆ ਵੀ ਉਹ ਇੱਕ ਫੇਕ ਡਾਟਾ ਤਿਆਰ ਕਰ ਰਿਹਾ। ਮੈਂ ਬਾਲ ਦੀ ਖੱਲ ਲਾਵਾਂਗਾ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਹਟਾਂਗਾ। ਤਿੰਨ ਬੰਦੇ ਆ, ਕ੍ਰਿਸ਼ਨ ਕੁਮਾਰ ਜੀ, ਨੰਬਰ 2 ਵਿਦਿਆ ਮੰਤਰੀ ਜੀ, ਨੰਬਰ 3 ਸਤਿਕਾਰਯੋਗ ਮੁੱਖ ਮੰਤਰੀ ਸਾਹਿਬ। ਤਿੰਨਾਂ ਦੇ ਵਿੱਚੋਂ ਝੂਠ ਕਿਹਨੇ ਬੋਲਿਆ? ਵਾਰ ਵਾਰ ਉਹਨਾਂ ਨੇ ਪ੍ਰੈਸ ਨੂੰ ਇਹ ਗੱਲ ਕਹੀ ਵੀ ਅਸੀਂ ਤਾਂ ਡਾਟਾ ਕੰਸੈਂਟ ਆ ਗਈ ਸਾਡੇ ਕੋਲ ਉਹਨਾਂ ਟੀਚਰ ਦੀ 94% ਦੀ, ਅਸੀਂ ਉਹਦੇ ਬੇਸ ਦੇ ਉੱਤੇ ਸਾਰਾ ਕੁਛ ਕੀਤਾ। ਸੋ ਇਹ ਡਾਟਾ ਜ਼ਰੂਰ ਲਵਾਂਗੇ ਤਾਂ ਜੋ ਲੋਕਾਂ ਦੇ ਸਾਹਮਣੇ ਆਪਾਂ ਸੱਚਾਈ ਰੱਖ ਸਕੀਏ। ਮੈਂ ਫਿਰ ਤੁਹਾਨੂੰ ਸਾਰੇ ਟੀਚਰਾਂ ਨੂੰ ਅਪੀਲ ਕਰਦਾ, ਉਹ ਚਾਹੇ ਕਿਸੇ ਵੀ ਕੈਟਾਗਰੀ ਦਾ ਦੋਸਤੋ, ਪਲੀਜ਼ ਉਹਨਾਂ ਵਾਸਤੇ ਜਿਹੜੇ ਅੱਜ ਉੱਥੇ ਧਰਨੇ ਦੇ ਬੈਠੇ, ਕੱਲ੍ਹ ਨੂੰ ਤੁਹਾਨੂੰ ਵੀ ਧਰਨੇ ਦੇ ਬਹਿਣਾ ਪੈ ਸਕਦਾ। ਜੇ ਅੱਜ ਤੁਸੀਂ ਉਹਨਾਂ ਦੀ ਸਪੋਰਟ ਕਰੋਗੇ ਤੇ ਉਹ ਕੱਲ੍ਹ ਨੂੰ ਤੁਹਾਡੀ ਸਪੋਰਟ ਕਰਨਗੇ। ਆਪਸ ਦੇ ਵਿੱਚ ਯੂਨਾਈਟ ਹੋ ਕੇ ਰਹੋ, ਤੁਹਾਡਾ ਇਹ ਸੰਘਰਸ਼ ਸਫਲਤਾ ਦੀ ਮੁਕਾਮ ਵਾਲੇ ਪਾਸੇ ਜਾਊਗਾ, ਮੇਰਾ ਇਹ ਵਿਸ਼ਵਾਸ ਹੈ। ਬਹੁਤ ਬਹੁਤ ਧੰਨਵਾਦ, ਸਤਿ ਸ੍ਰੀ ਅਕਾਲ, ਇਨਕਲਾਬ ਜਿੰਦਾਬਾਦ।